ਮੇਰਾ ਨਾਮ ਮਰਮਾਨਦੀਪ ਸਿੰਘ ਹੈ। ਮੇਰੀ ਉਮਰ 12 ਸਾਲ ਹੈ। ਇੱਕ ਦਿਨ ਮੈਂ ਆਪਣੇ ਦੋਸਤਾਂ ਦੇ ਨਾਲ ਸ਼ਾਮੀ ਖੇਡ ਰਿਹਾ ਸੀ ਤਾਂ ਮੈਂ ਅਚਾਨਕ ਹੀ ਡਿੱਗ ਪਿਆ ਅਤੇ ਮੇਰੀ ਬਾਹਾਂ ਉੱਤੇ ਫ੍ਰੈਕਚਰ ਆ ਗਿਆ। ਮੈਂ ਉਸ ਰਾਤ ਬਹੁਤ ਹੀ ਨਰਵਸ ਸੀ। ਮੈਨੂੰ ਇਹ ਲੱਗ ਰਿਹਾ ਸੀ ਕਿ ਮੈਂ ਅੱਗੇ ਡਰਾਇੰਗ ਨਹੀਂ ਕਰ ਸਕਾਂਗਾ। ਸੁਬਹ ਹੋਣ 'ਤੇ ਅਸੀਂ ਅੰਮ੍ਰਿਤਸਰ ਅਮਨਦੀਪ ਹੋਸਪਿਟਲ ਵਿੱਚ ਗਏ ਅਤੇ ਉੱਥੇ ਮੇਰੀ ਮੁਲਾਕਾਤ ਡਾਕਟਰ ਅਵਤਾਰ ਸਿੰਘ ਜੀ ਨਾਲ ਹੋਈ ਅਤੇ ਉਹਨਾਂ ਮੇਰੀਆਂ ਅੱਖਾਂ ਵਿੱਚ ਵੇਖਿਆ ਅਤੇ ਕਿਹਾ ਕਿ ਕੁਛ ਨਹੀਂ ਹੋਇਆ, ਸਭ ਠੀਕ ਹੋ ਜਾਏਗਾ। ਤਾਂ ਮੇਰੇ ਮਨ ਵਿੱਚ ਇੱਕ ਉਮੀਦ ਜਾਗ ਗਈ ਕਿ ਸਭ ਠੀਕ ਹੋ ਜਾਏਗਾ। ਕੁੱਲ 1 ਮਹੀਨੇ ਬਾਅਦ ਮੈਂ ਫਿਰ ਚਿੱਤਰ ਬਣਾਉਣੇ ਸ਼ੁਰੂ ਕੀਤੇ। ਪਰਮਾਤਮਾ ਦੀ ਕਿਰਪਾ ਅਤੇ ਡਾਕਟਰ ਸਾਹਿਬ ਦੀ ਮਿਹਨਤ ਅਤੇ ਪਰਿਵਾਰ ਦੇ ਆਸ਼ੀਰਵਾਦ ਦੇ ਨਾਲ ਅੱਜ ਮੈਂ ਪਹਿਲਾਂ ਨਾਲੋਂ ਬਿਹਤਰ ਕਰ ਰਿਹਾ ਹਾਂ। ਮੇਰਾ ਇਹ ਸੁਪਨਾ ਹੈ ਕਿ ਮੈਂ ਵੱਡਾ ਹੋ ਕੇ ਟੈਟੂ ਆਰਟਿਸਟ ਬਣਾ। ਮੈਂ ਪਰਮਾਤਮਾ ਅੱਗੇ ਇਹ ਅਰਦਾਸ ਕਰਦਾ ਹਾਂ ਕਿ ਮੇਰਾ ਇਹ ਸੁਪਨਾ ਸਾਕਾਰ ਹੋ ਜਾਏ। ਧੰਨਵਾਦ।